ਅਰਧੀਤਾ ਸਭ ਤੋਂ ਵੱਡੀ ਖਬਰ ਚੰ드ਰੀਅਨ 3 ਦੇ ਨਾਲ ਜੁੜੀ ਹੋਈ ਹੈ ਤੁਹਾਨੂੰ ਸਭ ਨੂੰ ਪਤਾ ਹੈ ਕਿ ਚੰ드ਰੀਅਨ ਤਿੰਨ ਜਿਹੜਾ ਕਿ ਇਸਰੋ ਦਾ ਮਿਸ਼ਨ ਹੈ ਉਹ ਕਾਮਯਾਬ ਹੋ ਗਿਆ ਭਾਰਤ ਨੇ ਇਤਿਹਾਸ ਰਚ ਦਿੱਤਾ ਹੈ ਚੰ드ਰਯਾਨ 3 ਹੈ ਜਿਹੜਾ ਉਹ ਚੰ드ਰਮਾ ਦੀ ਸਤ੍ਹਾ ਦੇ ਉੱਤੇ ਸੌਫਟ ਲੈਂਡਿੰਗ ਕਰਨ ਦੇ ਵਿੱਚ ਸਫਲ ਹੋ ਗਿਆ ਹੈ ਚੰਨ ਦੇ ਇਸ ਦੱਖਣੀ ਹਿੱਸੇ ਵਿੱਚ ਉਤਰਨ ਵਾਲਾ ਭਾਰਤ ਪਹਿਲਾ ਮੁਲਕ ਬਣ ਗਿਆ ਜਦਕਿ ਚੰਨ ਦੇ ਕਿਸੇ ਵੀ ਹਿੱਸੇ ਵਿੱਚ ਲੈਂਡ ਕਰਨ ਵਾਲਾ ਭਾਰਤ ਚੌਥਾ ਮੁਲਕ ਬਣ ਗਿਆ ਇਸ ਤੋਂ ਪਹਿਲਾਂ ਅਮਰੀਕਾ ਰੂਸ ਤੇ ਚੀਨ ਨੇ ਕਾਮਯਾਬੀ ਹਾਸਲ ਕੀਤੀ ਹੋਈ ਹੈ ਹਾਲਾਂਕਿ ਰੂਸ ਪਿਛਲੇ ਦਿਨੀ ਇਸ ਦੱਖਣੀ ਧਰੋਤੇ ਵੀ ਉਤਰਨਾ ਚਾਹੁੰਦਾ ਸੀ ਪਰ ਕਾਮਯਾਬੀ ਨਹੀਂ ਮਿਲੀ ਹੁਣ ਸਾਰਿਆਂ ਨੂੰ ਵਿਕਰਮ ਲੈਂਡਿੰਗ ਤੋਂ ਪ੍ਰਗਿਆਨ ਰੋਵਲ ਦੇ ਬਾਹਰ ਆਉਣ ਦਾ ਇੰਤਜ਼ਾਰ ਹੈ ਮਿੱਟੀ ਦਾ ਗੁਬਾਰ ਸ਼ਾਂਤ ਹੋਣ ਤੋਂ ਬਾਅਦ ਇਹ ਬਾਹਰ ਆਊਗਾ ਵਿਕਰਮ ਅਤੇ ਪ੍ਰਗਿਆਨ ਇੱਕ ਦੂਸਰੇ ਦੀ ਫੋਟੋ ਖਿੱਚ ਕੇ ਫਿਰ ਧਰਤੀ ਤੇ ਭੇਜਣਗੇ ਭਾਰਤ ਤੋਂ ਪਹਿਲਾਂ ਰੂਸ ਤੇ ਨਾਮ ਇਹ ਰਿਕਾਰਡ ਹੋ ਸਕਦਾ ਸੀ ਰੂਸ ਨੇ ਪਿਛਲੇ ਦਿਨੀ ਲੂਨਾ 25 ਭੇਜਿਆ ਸੀ ਪਰ ਉਹ ਬਰਬਾਦ ਹੋ ਗਿਆ ਸੀ ਚੰ드ਰਯਾਨ 2 ਨੇ ਚੰ드ਰਯਾਨ 3 ਨੇ 20 ਮਿੰਟ ਵਿੱਚ ਚੰ드ਰਮਾ ਦੇ ਅੰਤਿਮ ਆਰਬਿਟ ਵਿੱਚ 25 ਕਿਲੋਮੀਟਰ ਦਾ ਸਫ਼ਰ ਪੂਰਾ ਕੀਤਾ ਲੈਂਡਰ ਨੂੰ ਹੌਲੀ-ਹੌਲੀ ਹੇਠਾਂ ਉਤਾਰਿਆ ਗਿਆ 5:30 ਮਿੰਟਾਂ ਤੇ ਸ਼ੁਰੂਆਤ ਵਿੱਚ ਰਫ ਲੈਂਡਿੰਗ ਕਾਮਯਾਬ ਰਹੀ ਸੀ ਇਸ ਤੋਂ ਬਾਅਦ 5:44 ਮਿੰਟ ਤੇ ਲੈਂਡਰ ਨੇ ਵਰਟੀਕਲ ਲੈਂਡਰ ਲੈਂਡਿੰਗ ਕੀਤੀ ਜਦੋਂ ਚੰ드ਰਮਾ ਤੋਂ ਦੂਰੀ 3 ਕਿਲੋਮੀਟਰ ਰਹਿ ਗਈ ਸੀ ਉਸ ਵਕਤ ਹੀ ਲੈਂਡਿੰਗ ਹੋਈ ਆ ਆਖਿਰਕਾਰ ਲੈਂਡਰ ਨੇ 6:04 ਮਿੰਟ ਤੇ ਚੰਨ ਤੇ ਆਪਣਾ ਕਦਮ ਰੱਖ ਹੀ ਦਿੱਤਾ ਇਸ ਤਰ੍ਹਾਂ ਚੰ데요 ਦੱਖਣੀ ਹਿੱਸੇ ਵਿੱਚ ਲੈਂਡ ਕਰਨ ਵਾਲਾ ਭਾਰਤ ਮੁਲਕ ਦਾ ਪਹਿਲਾ ਭਾਰਤ ਦੁਨੀਆ ਦਾ ਪਹਿਲਾ ਮੁਲਕ ਬਣ ਗਿਆ। ਜਾਣਕਾਰੀ ਤਹਿਤ ਤੁਹਾਨੂੰ ਦੱਸ ਦਈਏ ਕਿ ਚੰ드ਰੀਆਨ ਦਾ ਲੈਂਡਰ ਮੋਡਿਊਲ ਹੁਣ ਤੱਕ ਧਰਤੀ ਦੇ 21 ਵਾਰ ਤੇ ਚੰ드ਰਮਾ ਦੇ 120 ਵਾਰੀ ਚੱਕਰ ਲਾ ਚੁੱਕਿਆ। ਚੰਦਰਯਾਨ ਹੁਣ ਤੱਕ 55 ਲੱਖ ਕਿਲੋਮੀਟਰ ਦੀ ਯਾਤਰਾ ਪੂਰੀ ਕਰ ਚੁੱਕਿਆ। ਇਸ ਦਰਮਿਆਨ ਕਾਂਗਰਸ ਦੇ ਲੀਡਰ ਦਿਗਵਿਜੇ ਸਿੰਘ ਨੇ ਇੱਕ ਵੱਖਰੀ ਤਰ੍ਹਾਂ ਦੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਚੰ드ਰੀਆਨ 3 ਦੀ ਲੈਂਡਿੰਗ ਦੇ ਲਈ ਕੰਮ ਦੇ ਵਿੱਚ ਜੁਟੇ ਵਿਗਿਆਨੀਆਂ ਨੂੰ 17-17 ਮਹੀਨਿਆਂ ਤੋਂ ਤਨਖਾਹ ਹੀ ਨਹੀਂ ਮਿਲੀ। ਏਐਨਆਈ ਦੇ ਦਿਗਵਜੇ ਸਿੰਘ ਨੇ ਹਾਲਾਂਕਿ ਕਿਹਾ ਕਿ ਸਾਨੂੰ ਮਾਣ ਹੈ ਕਿ ਇੰਦਰ ਇਸਰੋ ਤੇ ਵਿਗਿਆਨੀ ਚੰ드ਰੀਅਨ 3 ਦੀ ਲੈਂਡਿੰਗ ਨੂੰ ਸੰਭਵ ਬਣਾਉਣ ਦੇ ਵਿੱਚ ਸਖਤ ਮਿਹਨਤ ਕਰ ਰਹੇ ਨੇ ਪਰ ਅਖਬਾਰਾਂ ਦੇ ਵਿੱਚ ਛਪੀਆਂ ਖਬਰਾਂ ਤੋਂ ਕਹਿੰਦੇ ਮੈਨੂੰ ਪਤਾ ਲੱਗਿਆ ਕਿ 17 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਪ੍ਰਧਾਨ ਮੰਤਰੀ ਨੂੰ ਖੁਦ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੱਖਣੀ ਅਫਰੀਕਾ ਦੇ ਵਿੱਚ ਪਹੁੰਚੇ ਹੋਏ ਨੇ ਬ੍ਰਿਕਸ ਲੀਡਰਸ ਰੀਟਰੀਟ ਦੇ ਵਿੱਚ ਉਹ ਸ਼ਾਮਲ ਹੋਏ। ਇਸ ਦੌਰਾਨ ਉਹਨਾਂ ਨੇ ਪੰਜ ਦੇ ਮੁਲਕਾਂ ਦੇ ਸਮੂਹ ਦੇ ਹੋਰ ਲੀਡਰਾਂ ਦੇ ਨਾਲ ਪ੍ਰਮੁੱਖ ਵਿਸ਼ਾ ਵਿਕਾਸ ਅਤੇ ਅੰਤਰਰਾਸ਼ਟਰੀ ਚੁਣੌਤੀਆਂ ਦੇ ਹੱਲ ਲੱਭਣ ਲਈ ਬ੍ਰਿਕਸ ਪਲੇਟਫਾਰਮ ਦਾ ਲਾਭ ਉਠਾਉਣ ਬਾਰੇ ਚਰਚਾ ਕੀਤੀ। ਮੋਦੀ ਦੱਖਣੀ ਅਫਰੀਕਾ ਤੇ ਯੂਨਾਨ ਦੇ 4 ਦਿਨਾਂ ਦੌਰੇ ਤੇ ਕੱਲ ਜੋਨਸਬਰਗ ਪਹੁੰਚੇ ਨੇ। ਮੱਟਾ ਮੇਲਾ ਸਿਰਲ ਰਾਮ ਫੋਸਾ ਦੇ ਸੱਦੇ ਤੇ ਅੱਜ 22 ਤੋਂ 24 ਅਗਸਤ ਤੱਕ ਹੋਣ ਵਾਲੇ 15ਵੇਂ ਬ੍ਰਿਕਸ ਲੀਡਰਾਂ ਦੇ ਸੰਮੇਲਨ ਵਿੱਚ ਸ਼ਿਰਕਤ ਕਰਨਗੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੁਲਵਾਮਾ ਹਮਲੇ ਤੇ ਪਾਕਿਸਤਾਨ ਤੇ ਕੀਤੇ ਟਵੀਟ ਖਿਲਾਫ ਪਠਾਨਕੋਟ ਦੇ ਵਿੱਚ ਦਾਇਰ ਕੇਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਹੈ 11 April 2019 ਵਿੱਚ ਅਰਵਿੰਦ ਕੇਜਰੀਵਾਲ ਨੇ ਪੁਲਵਾਮਾ ਹਮਲੇ ਦੇ ਮਾਮਲੇ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪ੍ਰਧਾਨ ਮੰਤਰੀ ਦੀ ਮਦਦ ਬਾਰੇ ਟਵੀਟ ਕੀਤਾ ਸੀ ਪਠਾਨਕੋਟ ਵਾਸੀ ਤਰਸੀਮ ਲਾਲ ਨੇ ਕੇਜਰੀਵਾਲ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ ਪਰ ਐਜੀ ਐਸਜੀਐਮ ਅਮਨ ਸ਼ਰਮਾ ਦੀ ਅਦਾਲਤ ਨੇ 9 ਜਨਵਰੀ ਨੂੰ ਇਹ ਕੇਸ ਖਾਰਜ ਕਰ ਦਿੱਤਾ ਸੀ ਸ਼ਿਕਾਇਤਕਰਤਾ ਨੇ ਹੇਠਲੀ ਅਦਾਲਤ ਦੇ ਹੁਕਮਾਂ ਵਿਰੁੱਧ ਪਠਾਨਕੋਟ ਵਿੱਚ ਅਪੀਲ ਦਾਇਰ ਕੀਤੀ ਜਿਸ ਤੋਂ ਬਾਅਦ ਵਧੀਕ ਸੈਸ਼ਨ ਜੱਜ ਕੁਲਪੂਸ਼ਣ ਕੁਮਾਰ ਨੇ ਕੇਜੀਵਾਲ ਨੂੰ ਸੱਮਨ ਜਾਰੀ ਕੀਤੇ ਤੇ ਹੁਣ ਇਹ ਕੇਸ ਆਖਰਕਾਰ ਖਰਚ ਹੋ ਗਿਆ ਸ਼ਹਿਰੀ ਤੇ ਨੌਜਵਾਨ ਵੋਟਰਾਂ ਦੇ ਵਿੱਚ VOTING ਪ੍ਰਤੀ ਉਦਾਸੀਨਤਾ ਨੂੰ ਖਤਮ ਕਰਨ ਦੇ ਲਈ ਚੋਣਾਂ ਵਿੱਚ ਵੋਟਰਾਂ ਦੀ ਵੱਧਤਵਧ ਸ਼ਮੂਲੀਅਤ ਤੇ ਯਕੀਨੀ ਬਣਾਉਣ ਦੇ ਲਈ ਚੋਣ ਕਮਿਸ਼ਨ ਨੇ ਅੱਜ ਕ੍ਰਿਕਟ ਦੇ ਮਹਾਨ ਖਿਡਾਰੀ ਸਚਿਨ ਤেন্ডੁਲਕਰ ਨੂੰ ਆਪਣਾ ਕੌਮੀ ਆਈਕਨ ਨਿਯੁਕਤ ਕੀਤਾ ਹੈ ਕੇਂਦਰੀ ਸਿੱਖਿਆ ਮੰਤਰਾਲੇ ਨੇ ਦੱਸਿਆ ਕਿ ਨਵੀਂ ਸਿੱਖਿਆ ਨੀਤੀ ਮੁਤਾਬਕ ਨਵੇਂ ਪਾਠਕ੍ਰਮ ਦਾ ਢਾਂਚਾ ਤਿਆਰ ਕਰ ਲਿਆ ਗਿਆ ਤੇ 2024 ਦੇ ਅਕਾਡੈਮਿਕ ਸੈਸ਼ਨ ਦੇ ਲਈ ਇਸ ਤਹਿਤ ਹੀ ਪਾਠ ਪੁਸਤਕਾਂ ਤਿਆਰ ਕੀਤੀਆਂ ਜਾਣਗੀਆਂ ਸਿੱਖਿਆ ਮੰਤਰਾਲੇ ਦੇ ਨਵੇਂ ਪਾਠਕ੍ਰਮ ਢਾਂਚੇ ਤਹਿਤ 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦੋ ਭਾਸ਼ਾਵਾਂ ਦਾ ਅਧਿਐਨ ਕਰਨਾ ਹੋਵੇਗਾ ਜਿਨ੍ਹਾਂ ਦੇ ਵਿੱਚ ਘੱਟੋ ਘੱਟ ਇੱਕ ਭਾਰਤੀ ਭਾਸ਼ਾ ਹੋਣੀ ਚਾਹੀਦੀ ਹੈ ਦਿੱਲੀ ਹਵਾਈ ਅੱਡੇ ਤੇ ਅੱਜ ਤੜਕੇ ਉਦੋਂ ਵੱਡੀ ਦੁਰਘਟਨਾ ਟਲ ਗਈ ਜਦੋਂ ਵਿਸਤਾਰਾ 에ਅਰਲਾਈਨਸ ਦੇ ਜਹਾਜ਼ ਨੂੰ ਉਡਾਣ ਭਰਨ ਦੀ ਇਜਾਜ਼ਤ ਦਿੱਤੀ ਗਈ ਜਦੋਂ ਇੱਕ ਜਹਾਜ਼ ਉੱਤਰ ਰਿਹਾ ਸੀ ਐਟੀਸੀ ਦੀਆਂ ਹਦਾਇਤਾਂ ਤੋਂ ਬਾਅਦ ਟੇਕ-ਆਫ ਨੂੰ ਰੋਕ ਦਿੱਤਾ ਗਿਆ ਸੀ ਅਸਲ ਦਿੱਲੀ ਤੋਂ ਬਾਗਡੋਗਰਾ ਜਾਣ ਵਾਲਾ ਜਹਾਜ਼ ਯੂਕੇ 725 ਤੇ ਅੰਮਦਾਬਾਦ ਤੋਂ ਦਿੱਲੀ ਜਾਣ ਵਾਲੀ ਵਿਸਤਾਰਾ ਦੀ ਉਡਾਣ ਬਰਾਬਰ ਬਰਾਬਰ ਰਨਵੇ ਤੇ ਉੱਤਰ ਰਹੇ ਸਨ ਇੱਕ ਉਡਾਣ ਭਰ ਰਿਹਾ ਸੀ ਇੱਕ ਉੱਤਰ ਰਿਹਾ ਸੀ ਦੋਵਾਂ ਨੂੰ ਇੱਕੋ ਵੇਲੇ ਇਜਾਜ਼ਤ ਦਿੱਤੀ ਗਈ ਪਰ ਐਟੀਸੀ ਨੇ ਤੁਰੰਤ ਹਾਲਾਤ ਕੰਟਰੋਲ ਕਰ ਲਏ ਤੇ ਜਹਾਜ਼ ਨੂੰ ਉੱਡਣ ਤੋਂ ਰੋਕ ਲਿਆ ਮਿਸ ਜ਼ੋਰਮ ਦੇ ਵਿੱਚ ਵੱਡੀ ਵੱਡਾ ਹਾਦਸਾ ਵਾਪਰਿਆ ਹੈ ਨਿਰਮਾਣ ਅਧੀਨ ਰੇਲਵੇ ਪੁਲ ਟਿਕਣ ਕਾਰਨ ਕਟੋ ਕਟ 17 ਮਜ਼ਦੂਰਾਂ ਦੀ ਮੌਤ ਹੋ ਗਈ ਹੈ ਇਹ ਪੁਲ ਸਾਇਰੰਗ ਖੇਤਰ ਦੇ ਨੇੜੇ ਹੈ ਕਈ ਹੋਰ ਲੋਕਾਂ ਦੇ ਮਲਬੇ ਹੇਠ ਦਬੇ ਹੋਣ ਦਾ ਖਦਸ਼ਾ ਬਣਿਆ ਹੋਇਆ ਕਿਉਂਕਿ ਉੱਥੇ 35 ਤੋਂ 40 ਮੁਲਾਜ਼ਮ ਮੌਜੂਦ ਸਨ ਜ਼ਿੰਬਾਬੇ ਦੇ ਸਾਬਕਾ ਕਪਤਾਨ ਹੀਥ ਸਟ੍ਰੀਕ ਦੀ ਮੌਦੀ ਅਫਵਾਹ ਉੱਡੀ ਪਹਿਲਾਂ ਜ਼ਿੰਬਾਬੇ ਦੇ ਖਿਡਾਰੀ ਹੈਂਡਰੀ ਉਲਾਂਗਾ ਉਲਾਂਗਾ ਨੇ ਦਾਅਵਾ ਕੀਤਾ ਕਿ ਹੀਥ ਸਟ੍ਰੀਕ ਦਾ ਦਿਹਾਂਤ ਹੋ ਗਿਆ ਪਰ ਫਿਰ ਉਸ ਨੂੰ ਵੀ ਕਹਿਣਾ ਪਿਆ ਕਿ ਹੀਥ ਸਟ੍ਰੀਕ ਜਿਉਂਦਾ ਹੈ ਉਸ ਦੀ ਮੌਤ ਬਾਰੇ ਅਫਵਾਹਾਂ ਫੈਲਾਈਆਂ ਗਈਆਂ ਉਸ ਨੇ ਕਿਹਾ ਕਿ ਮੈਂ ਪੁਸ਼ਟੀ ਕਰਦਾ ਹਾਂ ਕਿ ਹੀਥ ਸਟ੍ਰੀਕ ਦੀ ਮੌਤ ਦੀ ਖਬਰ ਬਿਲਕੁਲ ਗਲਤ ਹੈ ਮੈਂ ਉਸ ਨਾਲ ਖੁਦ ਗੱਲ ਕੀਤੀ ਹੈ ਉਹ ਜਿਉਂਦਾ ਹੈ ਦਰਅਸਲ ਹੀਥ ਸਟ੍ਰੀਕ ਕਾਫੀ ਲੰਬੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਤੋਂ ਪੀੜਿਤ ਨੇ ਸਟ੍ਰੀਕ ਨੇ ਜ਼ਿੰਬਾਬੇ ਦੇ ਲਈ ਅੰਤਰਰਾਸ਼ਟਰੀ ਕ੍ਰਿਕਟ ਵਿੱਚ 6 ਟੈਸਟ ਦੇ 199 ਵਨਡੇ ਖੇਡੇ ਹਨ ਗੁਰਦਾਸਪੁਰ ਦੇ ਨੌਜਵਾਨਾਂ ਨੇ ਫਿਲਮ ਅਦਾਕਾਰ ਅਤੇ ਗੁਰਦਾਸਪੁਰ ਤੋਂ ਐਮਪੀ ਸਨੀ ਦਿਓਲ ਦੇ 2024 ਦੇ ਚੋਣਾਂ ਨਾ ਲੜਨ ਦੇ ਫੈਸਲੇ ਦਾ ਸਵਾਗਤ ਕਰਦੇ ਹੈ ਕਿ ਹੈ ਕਿ ਤੁਸੀਂ ਗੁਰਦਾਸਪੁਰ ਦੇ ਲੋਕਾਂ ਨੂੰ 4 ਸਾਲ ਮੂਰਖ ਬਣਾ ਦਿੱਤਾ ਤੇ ਹੁਣ ਤੁਸੀਂ ਚੋਣਾਂ ਲੜਨ ਦਾ ਫੈਸਲਾ ਕਰਕੇ ਵਧੀਆ ਕੀਤਾ ਹੈ ਅਦਾਕਾਰੀ ਤੁਸੀਂ ਚੰਗੀ ਕਰ ਲੈਨੇ ਹੋ ਉਹੀ ਕਰ ਲਿਆ ਕਰੋ ਪ੍ਰਤਾਪ ਸਿੰਘ ਬਾਜਵਾ ਵਿਧਾਨ ਸਭਾ ਵਿਰੋਧੀ ਧਿਰ ਦੇ ਲੀਡਰ ਨੇ ਵੀ ਕਿਹਾ ਕਿ ਜੇ ਤਾਰਾ ਸਿੰਘ ਯਾਨੀ ਸਨੀ ਦਿਓਲ ਬਿਨਾ ਵੀਜ਼ਾ ਪਾਕਿਸਤਾਨ ਜਾ ਸਕਦਾ ਸੀ 5 ਸਾਲ ਆਪਣੇ ਹਲਕੇ ਦਾ ਦੌਰਾ ਕਿਉਂ ਨਹੀਂ ਕਰ ਸਕਿਆ ਤੇ ਨਾ ਸਿਰਫ ਉਸਨੇ ਬਲਕਿ ਭਾਜਪਾ ਨੇ ਵੀ ਗੁਰਦਾਸਪੁਰ ਦੇ ਲੋਕਾਂ ਨੂੰ ਨਿਰਾਸ਼ ਕੀਤਾ ਹੁਣ ਉਹਨਾਂ ਦੇ ਬੰਗਲੇ ਦੀ ਨਿਲਾਮੀ ਹੋਣੀ ਸੀ ਪਰ ਭਾਜਪਾ ਨੇ ਦਖਲ ਦੇ ਕੇ ਨਿਲਾਮੀ ਵੀ ਰੱਦ ਕਰਵਾ ਦਿੱਤੀ ਹੈ ਸੋ ਇਹਨਾਂ ਇਲਜ਼ਾਮ ਬਾਜ਼ੀਆਂ ਦੇ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਨੇ ਟਵੀਟ ਕੀਤਾ ਕਿ ਪੰਜਾਬ ਨਸ਼ੇ ਨਾਲ ਮਰ ਰਿਹਾ ਹੈ ਹੁਕਮਰਾਨ ਆਪਣੇ ਚੁਟਕਲਿਆਂ ਤੇ ਜਹਾਜ਼ ਦੇ ਗੇੜਿਆਂ ਚੋਂ ਬਾਹਰ ਨਹੀਂ ਨਿਕਲ ਰਿਹਾ ਅਕਾਲੀ ਲੀਡਰ ਵਿਕਰਮ ਸਿੰਘ ਮਜੀਠੀਆ ਮંત્રી ਭਗਵੰਤ ਮਾਨ ਤੇ ਅਰਵਿੰਦ ਕੇਜੀਵਾਲ ਦੀ 에어ਪੋਰਟ ਜਾਂਦਿਆਂ ਦੀ ਵੀਡੀਓ ਸਾਂਝੀ ਕਰਕੇ ਟਵੀਟ ਕੀਤਾ ਕਿ ਖਾਸ ਆਦਮੀ ਪਾਰਟੀ ਦੇ ਨਵੇਂ ਮੁੱਖ ਮੰਤਰੀ, ਬਲਾਕ ਤੇ ਨਵੇਂ ਵੀਆਈਪੀ ਜੋ ਹਰ ਚੀਜ਼ ਤੋਂ ਉੱਪਰ ਨੇ ਇਥੋਂ ਤੱਕ ਕਿ ਲਾਜ਼ਮੀ ਜਾਂਚ ਯਾਨੀ ਕਿ ਚੈਕਿੰਗ ਵੀ ਨਹੀਂ ਕਰਵਾ ਰਹੇ। ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੀਆਂ ਪੰਚਾਇਤਾਂ ਨੂੰ ਨਜਾਇਜ਼ ਤੌਰ ਤੇ ਭੰਗ ਕਰਨ ਤੇ ਆਪਣੀ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਚਿੱਠੀ ਲਿਖੀ ਹੈ। ਬਾਜਵਾ ਨੇ ਦੱਸਿਆ ਕਿ ਚਿੱਠੀ ਵਿੱਚ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਮਾਮੂਲੀ ਸਿਆਸੀ ਫਾਇਦਿਆਂ ਪਿੱਛੇ ਭੱਜਣ ਦੀ ਬਜਾਏ ਜਮਹੂਰੀ ਕਦਰਾਂ ਕੀਮਤਾਂ ਰਾਖੀ ਕੰਦੀ اپیل ਕੀਤੀ ਹੈ ਜਮਹੂਰੀ ਕਦਰਾਂ ਕੀਮਤਾਂ ਦੀ ਰਾਖੀ ਕਰਨਾ ਕਹਿੰਦੇ ਪਹਿਲ ਹੋਣੀ ਚਾਹੀਦੀ ਹੈ ਤਾਂ ਜੋ ਲੋਕਤੰਤਰੀ ਸੰਸਥਾਵਾਂ ਦੇ ਵਿੱਚ ਲੋਕਾਂ ਦਾ ਭਰੋਸਾ ਬਰਕਰਾਰ رہ ਸਕੇ ਕੈਨੇਡਾ ਦੀ ਸਰਕਾਰ ਅਗਲੇ ਸਾਲ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਿਤ ਕਰ ਸਕਦੀ ਹੈ ਯਾਨੀ ਕਿ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਨੂੰ ਸੀਮਿਤ ਕੀਤਾ ਜਾ ਸਕਦਾ ਹੈ ਇਸ ਵਕਤ ਕੈਨੇਡਾ ਦੇ ਵੱਖ-ਵੱਖ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿੱਚ 8 ਲੱਖ ਤੋਂ ਵੱਧ ਕੌਮਾਂਤਰੀ ਵਿਦਿਆਰਥੀ ਪੜ ਰਹੇ ਨੇ ਉਹਨਾਂ ਨੂੰ ਰਿਹਾਈਸ਼ੀ ਸੇਵਾਵਾਂ ਦੇਣਾ ਹੀ ਕੈਨੇਡਾ ਸਰਕਾਰ ਦੇ ਲਈ ਬੋਝ ਬਣ ਗਿਆ ਹੈ 2012 ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ 275000 ਯਾਨੀ ਕਿ ਪੌਣੇ 3 ਲੱਖ ਹੁੰਦੀ ਸੀ ਤੇ ਹੁਣ 5 ਲੱਖ ਵੱਧ ਹੈ ਕੈਨੇਡਾ ਦੇ ਕੈਬਨਿਟ ਮੰਤਰੀ ਫਰੇਜ਼ਰ ਦਾ ਕਹਿਣਾ ਹੈ ਕਿ ਕੈਨੇਡੀਅਨ ਸਰਕਾਰ ਨੇ ਇਹ ਸਮੁੱਧੇ ਤੇ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਛੇਤੀ ਫੈਸਲਾ ਲਿਆ ਜਾਏਗਾ ਮੰਤਰੀ ਸੀਨ ਫਰੇਜ਼ਰ ਨੇ ਦੱਸਿਆ ਹੈ ਕਿ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਿਤ ਕਰਨ ਤੇ ਵਿਚਾਰ ਕੀਤੀ ਜਾ ਰਹੀ ਹੈ ਛੇਤੀ ਫੈਸਲਾ ਹੋਵੇਗਾ 12 ਸਾਲ ਪਹਿਲਾਂ ਤੱਕ ਗ੍ਰੇਟਰ ਟੋਰਾਂਟੋ ਏਰੀਆ ਦੇ ਆਲੇ ਦੁਆਲੇ ਦੇ ਛੋਟੇ ਕਸਬਿਆਂ ਦੇ ਵਿੱਚ ਵਿਦਿਆਰਥੀ 800 ਤੋਂ ਲੈ ਕੇ 1200 ਪ੍ਰਤੀ ਮਹੀਨੇ ਦੇ ਵਿੱਚ ਬੇਸਮੈਂਟ ਕਿਰਾਏ ਤੇ ਲੈ ਸਕਦੇ ਹੁੰਦੇ ਸੀ ਪਰ ਹੁਣ ਉਸੇ ਬੇਸਮੈਂਟ ਦਾ ਜਿਹੜਾ ਕਿਰਾਇਆ ਹੈ ਤੇ $200 ਤੋਂ ਲੈ ਕੇ $2700 ਤੱਕ ਹੋਇਆ ਪਿਆ ਹੈ ਤੇ ਵਿਦਿਆਰਥੀਆਂ ਤੇ ਮਕਾਨ ਮਾਲਕਾਂ ਦੇ ਵਿਚਾਲੇ ਮੁਲਕ ਦੇ ਵਿੱਚ ਕੈਨੇਡਾ ਦੇ ਵਿੱਚ ਇਸ ਦਰਮਿਆਨ ਝਗੜੇ ਵੀ ਕਾਫੀ ਵਧ ਗਏ ਨੇ ਸੋ ਸਰਕਾਰ ਨੂੰ ਲੱਗਦਾ ਹੈ ਕਿ ਵਿਦਿਆਰਥੀਆਂ ਦੀ ਗਿਣਤੀ ਘਟਾਏ ਜਾਣਾ ਹੀ ਇੱਕ ਹੱਲ ਹੋ ਸਕਦਾ ਹੈ ਛਾਦਸੇ ਤੇ ਘਟਨਾਵਾਂ ਦੀ ਜਾਣਕਾਰੀ ਤੁਹਾਨੂੰ ਦੇ ਦਿੰਨੇ ਆ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਵਿੱਚ ਮੰਗਲਵਾਰ ਦੇ ਰਾਤ ਇੱਕ ਤੇਜ਼ ਰਫ਼ਤਾਰ ਮਿੰਦਰਾ ਪਿਕਅਪ ਗੱਡੀ ਨੇ ਇੱਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਇਸ ਹਾਦਸੇ ਵਿੱਚ ਬਾਈਕ ਸਵਾਰ ਦੀ ਮੌਤ ਹੋ ਗਈ ਤੇ ਬਾਈਕ ਨੂੰ ਟੱਕਰ ਮਾਰਨ ਤੋਂ ਬਾਅਦ ਪਿਕਅਪ ਵੀ ਪਲਟ ਗਈ ਡਰਾਈਵਰ ਨੂੰ ਵੀ ਸੱਟਾਂ ਵੱਜੀਆਂ ਪਿਕਅਪ ਦੇ ਵਿੱਚ ਸ਼ਰਾਬ ਦੀ ਬੋਤਲ ਮਿਲੀ ਜਿਸ ਕਾਰਨ ਦੱਸਿਆ ਜਾ ਰ ਵਪਤ ਵਿੱਚ ਇਹ ਹਾਦਸਾ ਵਾਪਰਿਆ ਹੈ ਵਿਦੇਸ਼ ਜਾਣ ਤੋਂ ਪਹਿਲਾਂ ਦੋਸਤਾਂ ਦੇ ਨਾਲ ਪਾਰਟੀ ਕਰਕੇ ਨੌਜਵਾਨ ਵਾਪਸ ਪਰਤ ਰਿਹਾ ਸੀ ਜਿਹੜਾ ਇਸ ਹਾਦਸੇ ਦੇ ਵਿੱਚ ਹਲਾਕ ਹੋ ਗਿਆ ਉਸਦੇ ਘਰਦਿਆਂ ਦੇ ਕੀ ਹਾਲਾਤ ਹੋਣਗੇ ਇਸ ਸ਼ਾਇਦ ਆਪਾਂ ਸਮਝ ਸਕਦੇ ਹਾਂ ਤਰਨਤਾਰਨ ਦੇ ਪਿੰਡ ਉਦੋਂ ਦੀ ਚੇਲਾ ਕਲੋਨੀ ਦੇ ਵਿੱਚ 28 ਬੱਚਿਆਂ ਨੂੰ ਲਾਜ਼ੀ ਰਹੀ ਇੱਕ ਬੱਸ ਖੇਤਾਂ 'ਚ ਪਲਟ ਗਈ ਰਾਹਤ ਦੀ ਗੱਲ ਇਹ ਹੈ ਕਿ ਬੱਚਿਆਂ ਅੰਦਾ ਬਚਾ ਹੈ ਕਿਸੇ ਨੂੰ ਵੀ ਸੱਟ ਨਹੀਂ ਲੱਗੀ ਬੱਸ ਡਰਾਈਵਰ ਦੇ ਹੱਥ ਤੇ ਜ਼ਰੂਰ ਸੱਟ ਲੱਗੀ ਹੈ ਮੌਕੇ ਤੇ ਮੌਜੂਦ ਰਾਗੀਰਾਂ ਤੁਰੰਤ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਡਰਾਈਵਰ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਆਨੰਦਪੁਰ ਸਾਹਿਬ ਤੋਂ ਖਬਰ ਹੈ ਜਿੱਥੇ ਐਸਐਸਪੀ ਰੂਪਨਗਰ ਦੇ ਵਿਵੇਕਸ਼ੀਲ ਸੋਨੀ ਨੇ ਥਾਣਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਦੱਸਿਆ ਕਿ 17 ਅਗਸਤ 2023 ਨੂੰ ਪਿੰਡ ਜਿੰਦਵੜੀ ਵਿਖੇ ਸੁਰਿੰਦਰ ਸਿੰਘ ਕੰਗ ਦੀ ਰਹਾਇਸ਼ ਤੇ ਤੜਕਸਾਡ ਡਕੈਤੀ ਮਾਮਲੇ ਵਿੱਚ ਪੁਲਿਸ ਨੇ ਤਿੰਨ ਜਣਿਆਂ ਨੂੰ ਕਾਬੂ ਕਰ ਲਿਆ ਹੈ ਤੇ ਬੜੀ ਹੈਰਾਨੀ ਦੀ ਗੱਲ ਹੈ ਕਿ ਇਸ ਗਰੋਹ ਦੀ ਮੁੱਖ ਸਰਗਨਾ ਔਰਤ ਹੈ ਇਸ ਦਾ ਨਾਮ ਗੁਰਨੂਰ ਕੌਰ ਸਿੱਧੂ ਹੈ ਫਰੀਦਕੋਟ ਦੀ ਰਹਿਣ ਵਾਲੀ ਹੈ ਦੋ ਹੋ ਹਥਿਆਰਾਂ ਤੇ ਡਾਕੇ ਦੌਰਾਨ ਲੁੱਟੇ ਗਹਿਣਿਆਂ ਸਮੇਤ ਗ੍ਰਿਫਤਾਰ ਕੀਤਾ ਹੈ ਦੋ ਮੁਲਜ਼ਮ ਹਾਲੇ ਫਰਾਰ ਦੱਸੇ ਜਾ ਰਹੇ ਨੇ ਡਕੈਤੀ ਲਈ ਵਰਤੇ ਦੋ ਪਿਸਤੌਲ 32 ਬੋਰ ਚਾਰ ਮੈਗਜ਼ੀਨ ਨੌ ਕਰਤੂਸ ਦੋ ਘੜਾਉਣਾ ਪਿਸਤੌਲ ਸੋਨੇ ਤੇ ਹੀਰੇ ਦੇ ਗਹਿਣੇ ਵੀ ਬਰਾਮਦ ਕਰ ਲਏ ਗਏ ਨੇ ਪੰਜਾਬ ਪੁਲਿਸ ਦੇ ਸਪੈਸ਼ਲ ਟਾਸਕ ਫੋਰਸ ਵਿੰਗ ਨੇ ਪਾਕਿਸਤਾਨ ਤੋਂ ਰਾਵੀ ਦਰਿਆ ਰਾਹੀਂ ਭਾਰਤ ਭੇਜੀ 41 ਕਿਲੋ ਹੈਰੋਇਨ ਬਰਾਮਦ ਕੀਤੀ ਹੈ ਤਿੰਨ ਜਣਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਸ਼ਨਾਖਤ ਆਗਿਆਪਾਲ ਸਿੰਘ ਰਣਜੀਤ ਸਿੰਘ ਤੇ ਸੰਦੀਪ ਸਿੰਘ ਵਜੋਂ ਹੋਈ ਹੈ ਐਸਟੀਐਫ ਦੇ ਏਜੀ ਮੁਖਤਾਰ ਰਾਏ ਨੇ ਦੱਸਿਆ ਕਿ ਹੈਰੋਇਨ ਦੀ ਖੇਪ 6 ਦਿਨ ਪਹਿਲਾਂ ਰਾਵੀ ਦਰਿਆ ਰਾਹੀਂ ਰਮਦਾਸ ਇਲਾਕੇ ਵਿੱਚ ਪ ਨੂੰ ਡੰਗਰਾਂ ਦੀ ਹਵੇਲੀ ਵਿੱਚ ਇੱਟਾਂ ਦੇ ਫਰਸ਼ ਹੇਠਾਂ ਲੁਕੋਇਆ ਗਿਆ ਸੀ ਬਰਾਮਦ ਹੋਈ ਹੈਰੋਇਨ ਦੀ ਕੀਮਤ ਕਮਾਂਤਰੀ ਬਾਜ਼ਾਰ ਦੇ ਵਿੱਚ 200 ਕਰੋੜ ਰੁਪਏ ਤੋਂ ਵੀ ਵੱਧ ਦੱਸੀ ਜਾਂਦੀ ਹੈ ਬੁਲੇਟਿਨ ਦੇ ਵਿੱਚ ਹੁਣ ਦੋ ਤੁਹਾਨੂੰ ਚੰਗੀਆਂ ਖਬਰਾਂ ਦੱਸਦੇ ਆ ਰੋਜ਼ਾਨਾ ਆਪਾਂ ਨੂੰ ਕੋਈ ਨਾ ਕੋਈ ਖਬਰ ਸੁਣਨੀ ਸੁਣਾਉਣੀ ਪੈਂਦੀ ਹੈ ਕਿ ਨਸ਼ਿਆਂ ਦੇ ਨਾਲ ਅੱਜ ਇੱਕ ਨੌਜਵਾਨ ਖਤਮ ਹੋ ਗਿਆ ਅੱਜ ਤਿੰਨ ਹੋ ਗਏ ਅੱਜ ਦੋ ਹੋ ਗਏ ਅੱਜ ਇਹ ਹੋ ਗਿਆ ਜੋ ਹੋ ਗਿਆ ਨਸ਼ਿਆਂ ਨੂੰ ਲੈ ਕੇ ਹਮੇਸ਼ਾ ਚਿੰਤਾ ਵਾਲੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਕਦੇ-ਕਦੇ ਕੋਈ ਚੰਗੀ ਖਬਰ ਮਿਲਦੀ ਹੈ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਅੱਭਾ ਸ਼ਹਿਰ ਦੇ ਰੋਟਾ ਦੇ ਵਿੱਚ ਮਈ ਜੂਨ ਤੇ ਜੁਲਾਈ ਵਿੱਚ ਨਸ਼ੇ ਕਾਰਨ ਇੱਕ ਨਾਬਾਲਗ ਸਮੇਤ ਤਿੰਨ ਲੋਕਾਂ ਦੀ ਮੌਤ ਹੋਈ ਜਿਸ ਤੋਂ ਬਾਅਦ 15 ਨੌਜਵਾਨਾਂ ਨੇ ਇੱਕ ਚੰਗੀ ਪਹਿਲ ਕੀਤੀ ਪਿੰਡ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਲਈ ਗਰੁੱਪ ਪੁਲੰਗ 1 ਹੋਪ ਬਣਾ ਕੇ ਖੇਡ ਗਤੀਵਿਧੀਆਂ ਸ਼ੁਰੂ ਕੀਤੀਆਂ ਗਰੁੱਪ ਦੇ ਮੈਂਬਰ ਘਰ ਘਰ ਜਾ ਕੇ ਨੌਜਵਾਨਾਂ ਨੂੰ ਨਸ਼ੇਤ ਹੋਣ ਵਾਲੇ ਨੁਕਸਾਨ ਤੋਂ ਜਾਣੂ ਕਰਵਾ ਕੇ ਖੇਡਾਂ ਨਾਲ ਜੋੜਦੇ ਨੇ ਇਸ ਕੜੀ ਦੇ ਵਿੱਚ 14 ਦਿਨਾਂ ਦੀ ਤਿਆਰੀ ਤੋਂ ਬਾਅਦ ਲੰਗੇਸ਼ ਨਿਚਰਵਰ ਨੂੰ ਨੌਜਵਾਨਾਂ ਨੇ ਮੈਰਾਥਨ ਕਰਵਾਈ ਪਹਿਲੇ ਤਿੰਨ ਸਥਾਨਾਂ ਤੇ ਆਉਣ ਵਾਲਿਆਂ ਨੂੰ ਦੇਸੀ ਘੋ ਦੁੱਧ ਤੇ ਫਲਾਂ ਦੇ ਡੱਬੇ ਦਿੱਤੇ ਗਏ ਯੂਥ ਕਲੱਬ ਦੇ ਮੁਖੀ ਤੇ ਗਰੁੱਪ ਦੇ 30 ਸਾਲਾ ਮੈਂਬਰ ਗੁਰਪ੍ਰੀਤ ਗੁਰੀ ਨੇ ਦੱਸਿਆ ਕਿ ਨਸ਼ੇ ਕਾਰਨ ਮਰਨ ਵਾਲੇ ਤਿੰਨ ਵਿਅਕਤੀਆਂ ਵਿੱਚੋਂ ਦੋ ਦੋਸਤ ਸਨ ਕਲੱਬ ਦੇ ਮੈਂਬਰ ਸਨ ਇੱਕ ਨਵਾਲਗ ਸੀ ਉਸ ਦਾ ਬੇਵਕਤੀ ਵਿਛੋੜਾ ਕਹਿੰਦੇ ਮੇਰੇ ਮਨ ਚੋਂ ਨਿਕਲ ਨਹੀਂ ਸੀ ਰਹਾ ਚਿੰਤਾ ਹੋਈ ਕਿ ਇਸ ਤਰ੍ਹਾਂ ਤਾਂ ਕੋਈ ਵੀ ਮਰ ਸਕਦਾ ਹੈ ਕਦੋਂ ਵੀ ਮਰ ਸਕਦਾ ਹੈ ਖਿਆਲ ਆਇਆ ਕਿ ਜਿਹੜੇ ਚਲੇ ਗਏ ਉਹਨਾਂ ਨੂੰ ਤਾਂ ਵਾਪਸ ਲਿਆਂਦਾ ਨਹੀਂ ਜਾ ਸਕਦਾ ਪਰ ਭਵਿੱਖ ਵਿੱਚ ਹੋਰ ਕਿਸੇ ਨੂੰ ਇਸ ਤਰ੍ਹਾਂ ਨਹੀਂ ਜਾਣ ਦੇਵਾਂਗਾ ਪਿੰਡ ਵਿੱਚ ਅੱਧੀ ਦਰਜਨ ਤੋਂ ਵੱਧ ਨੌਜਵਾਨ ਨਸ਼ਾ ਕਰਦੇ ਨੇ ਤੇ ਇਹ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਹੈ ਪਹਿਲੇ 3 ਸਥਾਨ ਹਾਸਲ ਕਰਨ ਵਾਲੇ ਨੌਜਵਾਨਾਂ ਨੂੰ ਅੱਧਾ-ਅੱਧਾ ਕਿਲੋ ਦੇਸੀ ਘਿਓ ਦੇ ਕੇ ਸਨਮਾਨਿਤ ਕੀਤਾ ਗਿਆ। ਭਾਗ ਲੈਣ ਵਾਲਿਆਂ ਨੂੰ ਦੁੱਧ ਤੇ ਫਲ ਵੀ ਦਿੱਤੇ ਗਏ ਅਤੇ ਨਸ਼ਿਆਂ ਕਾਰਨ ਹੋਣ ਵਾਲੇ ਨਿੱਜੀ ਤੇ ਸਮਾਜਿਕ ਨੁਕਸਾਨਾਂ ਬਾਰੇ ਵੀ ਦੱਸਿਆ ਗਿਆ। ਨੌਜਵਾਨਾਂ ਨੂੰ ਸੌਂਚਕਾਈ ਗਈ ਕਿ ਉਹ ਨਾ ਤਾਂ ਨਸ਼ੇ ਦਾ ਸੇਵਨ ਕਰਨਗੇ, ਨਾ ਹੀ ਆਪਣੇ ਆਸ-ਪਾਸ ਕਿਸੇ ਨੂੰ ਅਜਿਹਾ ਕਰਨ ਦੀ ਇਜਾਜ਼ਤ ਦੇਣਗੇ। ਸੋ ਇਨ੍ਹਾਂ ਨੌਜਵਾਨਾਂ ਦੀ ਹਿੰਮਤ ਨੂੰ, ਇਨ੍ਹਾਂ ਦੀ ਪਹਿਲ ਨੂੰ ਅਸੀਂ ਜ਼ਰੂਰ ਸਲਾਮ ਕਰਦੇ ਹਾਂ। ਦੂਸਰੀ ਖਬਰ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਨੇ "No Your Data Trend" ਨਾਮ ਦਾ ਇੱਕ ਸੌਫਟਵੇਅਰ ਤਿਆਰ ਕੀਤਾ ਹੈ। ਇਸ ਨੂੰ ਪ੍ਰੋਮੋਸ਼ਨ ਆਫ ਅ ਇੰਡਸਟਰੀ ਐਂਡ ਇੰਟਰਨਲ ਟ੍ਰੇਡ ਕਾਪੀਰਾਈਟਰ ਆਫਿਸ ਦੇ ਵੱਲੋਂ ਕਾਪੀਰਾਈਟ ਮਿਲਿਆ ਹੈ ਸੌਫਟਵੇਅਰ ਦੀ ਮਦਦ ਨਾਲ ਡਾਟਾ ਵਿਸ਼ਲੇਸ਼ਣ ਦੇ ਨਤੀਜੇ ਕੁਝ ਸਕਿੰਟਾਂ ਦੇ ਵਿੱਚ ਹੀ ਹਾਸਲ ਕੀਤੇ ਜਾ ਸਕਦੇ ਨੇ ਯੂਨੀਵਰਸਿਟੀ ਦੇ ਪੰਜ ਮਾਹਿਰਾ ਨੇ ਡਾਕਟਰ ਚੇਤਨ ਸਿੰਗਲਾ ਦੀ ਅਗਵਾਈ ਦੇ ਵਿੱਚ ਇਹ ਸੌਫਟਵੇਅਰ ਤਿਆਰ ਕੀਤਾ ਹੈ ਡਾਟਾ ਵਿਸ਼ਲੇਸ਼ਣ ਆਮ ਤੌਰ ਤੇ ਸਮਾਂ ਲੈਣ ਵਾਲਾ ਹੁੰਦਾ ਪਰ 100 ਸਾਲਾਂ ਦੇ ਡਾਟਾ ਦਾ ਰੁਝਾਨ ਇਸ ਸੌਫਟਵੇਅਰ ਰਾਹੀਂ ਰੁਝਾਨ ਵਿਸ਼ਲੇਸ਼ਣ ਨੂੰ ਆਸਾਨੀ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ ਇੱਕ-ਇੱਕ ਐਗਜ਼ਾਮਪਲ ਦੇ ਕੇ ਦੱਸ ਦਈਏ ਤਾਂ ਪਿਛਲੇ 100 ਸਾਲਾਂ ਤੋਂ ਵਰਖਾ ਦੇ ਰੁਝਾਨ ਨੂੰ ਵੇਖਣਾ ਤੇ ਇਹ ਜਾਨਣਾ ਕਿ ਕੀ ਵਰਖਾ ਵਧੀ ਘਟੀ ਜਾਂ ਕੋਈ ਫਰਕ ਨਹੀਂ ਪਿਆ ਤਾਂ ਉਹ ਵੀ ਨਤੀਜੇ ਇਤਿਹਾਸਲ ਕੀਤੇ ਜਾ ਸਕਦੇ ਨੇ